ਇਸ ਤੋਂ ਪਹਿਲਾਂ ਕਿ ਮੈਂ ਕਿਸੇ ਹੋਰ ਨੂੰ ਬੁਲਾਵਾਂ ਮੈਂ ਆਪਣਾ ਹੀ ਦੱਸਦੀ ਐਕਸਪੀਰੀਅੰਸ ਸਾਡੀ ਸਪੀਚ ਤਾਂ ਹੁਣ ਸੀਗੀ ਚਲੋ ਰਹਿ ਗਈ ਮੈਂ ਕੁਛ ਦੱਸਣਾ ਚਾਹੁੰਦੀ ਹਾਂ ਇੱਕ ਗੱਲ ਜੋ ਕਿ ਮੈਂ ਦੱਸਣਾ ਚਾਹੁੰਦੀ ਸੀ ਕਿ ਸਰ ਨੇ ਮੈਨੂੰ ਲਿਖਣ ਲਈ ਬਹੁਤ ਇਨਕਰੇਜ ਕੀਤਾ ਮੈਨੂੰ ਪਹਿਲਾਂ ਤਾਂ ਹੁੰਦਾ ਸੀ ਕਿ ਮੈਂ ਜੋ ਸੋਚਦੀ ਹਾਂ ਉਹ ਲਿਖਿਆ ਕਰਾਂ ਬਟ ਇੱਦਾਂ ਦਾ ਹੁੰਦਾ ਹੀ ਨਹੀਂ ਸੀ ਕਿਸੇ ਨੇ ਕੀਤਾ ਹੀ ਨਹੀਂ ਸੀ ਮੋਟੀਵੇਟ ਕਿ ਹਾਂ ਲਿਖੋ ਤੁਸੀਂ ਕਿਸੇ ਨੇ ਦੱਸਿਆ ਹੀ ਨਹੀਂ ਸੀ ਕਿ ਲਿਖਣਾ ਵੀ ਜ਼ਰੂਰੀ ਆ ਮਾਇੰਡ 'ਚ ਹੁੰਦਾ ਸੀ ਕਿ ਮੈਂ ਡਾਇਰੀ ਲੈ ਕੇ ਆਉਣੀ ਹੈ ਤਾਂ ਮੈਂ ਆਪਣਾ ਲਿਖਿਆ ਕਰਨਾ ਰੂਟੀਨ ਇੱਦਾਂ ਕਰਨੀ ਆ ਮੈਂ ਅੱਜ ਇੱਦਾਂ ਕੀਤਾ ਸਾਰਾ ਕੁਛ ਲਿਖਿਆ ਕਰਨਾ ਬਟ ਉਹ ਕੀ ਹੁੰਦਾ ਸੀ ਵਿੱਚ ਛੁੱਟ ਜਾਂਦਾ ਸਰ ਨੇ ਇੱਕ ਦਿਨ ਮੈਨੂੰ ਸਭ ਤੋਂ ਪਹਿਲਾਂ ਕਿਹਾ ਸੀ ਕਿ ਕੁਆਡਰਿਟੀ ਬਾਰੇ ਲਿਖਣਾ ਉਸ ਰਾਤ ਜਿੱਦਣ ਮੈਂ ਸੌਣ ਲੱਗੀ ਪਹਿਲਾਂ ਮੈਨੂੰ ਯਾਦ ਆ ਗਿਆ ਕਿ ਸਰ ਨੇ ਮੈਨੂੰ ਕੰਮ ਕਿਹਾ ਆ ਉਸੇ ਟਾਈਮ ਉੱਠ ਕੇ ਮੈਂ ਪਹਿਲਾਂ ਲਿਖਿਆ ਮੈਨੂੰ ਨਹੀਂ ਪਤਾ ਸੀ ਮੈਂ ਕੀ ਲਿਖਿਆ ਬਟ ਜਦ ਮੋਰਨਿੰਗ ਆ ਕੇ ਸਰ ਨੂੰ ਦਿਖਾਇਆ ਤਾਂ ਸਰ ਕਹਿੰਦੇ ਬਹੁਤ ਵਧੀਆ ਲਿਖਿਆ ਆ ਮੈਨੂੰ ਖੁਦ ਨੂੰ ਫੀਲ ਹੋਇਆ ਹਾਂ ਮੈਂ ਵਧੀਆ ਲਿਖਿਆ ਆ ਉੱਥੋਂ ਮੈਨੂੰ ਹੋਇਆ ਕਿ ਹਾਂ ਮੈਨੂੰ ਲਿਖਣਾ ਚਾਹੀਦਾ ਫਿਰ ਹੁਣ ਮੈਂ ਡਾਇਰੀ ਲੈ ਕੇ ਆਈ ਸਭ ਤੋਂ ਪਹਿਲਾਂ ਮੈਂ ਸਰ ਨੂੰ ਦੱਸਿਆ ਸਰ ਮੈਂ ਅੱਜ ਆਪਣੀ ਡਾਇਰੀ ਲਿਆਉਂਦੀ ਹਾਂ ਅਤੇ ਹੁਣ ਮੈਂ ਰੋਜ਼ ਲਿਖਿਆ ਕਰਨਾ ਜੋ ਵੀ ਹੁੰਦਾ ਅਤੇ ਉਹ ਹੁਣ ਮੈਂ ਰੋਜ਼ ਲਿਖਦੀ ਹਾਂ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਆ ਇੱਕ ਦਿਨ ਬਹੁਤ ਟੈਨਸ਼ਨ 'ਚ ਸੀ ਸਰ ਕੋਲ ਸ਼ਾਮ ਨੂੰ ਹੀ ਮੈਂ ਗਈ ਸੀ ਉਸ ਦਿਨ ਵੀ ਮੈਨੂੰ ਟੈਨਸ਼ਨ ਸਰ ਕਹਿੰਦੇ ਕੀ ਹੋਇਆ ਬਟ ਸਰ ਇੱਦਾਂ ਪ੍ਰੋਬਲਮ ਆ ਸਰ ਨੇ ਉਸ ਦਿਨ ਮੈਨੂੰ ਇੱਕ ਕਿਹਾ ਸੀ ਥੋੜ੍ਹਾ ਖਾਓ ਥੋੜ੍ਹਾ ਵੰਡੋ ਉਸ ਟਾਈਮ ਮੈਨੂੰ ਸਮਝ ਨਹੀਂ ਲੱਗਾ ਸੀ ਸਰ ਨੇ ਕੀ ਕਿਹਾ ਮੈਂ ਕਿਹਾ ਸਰ ਮੈਨੂੰ ਨਹੀਂ ਸਮਝ ਲੱਗਾ ਸਰ ਨੇ ਸਟੋਰੀ ਵੀ ਸੁਣਾਈ ਫਿਰ ਮੈਂ ਕਿਹਾ ਸਰ ਮੈਨੂੰ ਫਿਰ ਵੀ ਨਹੀਂ ਪਤਾ ਲੱਗਾ ਕਹਿੰਦੇ ਸੋਚ ਲਈ ਇਹਨੂੰ ਜਾ ਕੇ ਕੀ ਕਿਹਾ ਮੈਂ ਚਲੇ ਗਈ ਮੈਂ ਮੋਰਨਿੰਗ ਜਿੱਦੀ ਉੱਠੀ ਮੇਰੇ ਮਾਇੰਡ 'ਚ ਉਹ ਗੱਲ ਹੈ ਹੀ ਨਹੀਂ ਸੀ ਬਿਲਕੁਲ ਵੀ ਨਹੀਂ ਸੀ ਜਿੱਦੀ ਮੈਂ ਮੋਰਨਿੰਗ ਉੱਠੀ ਸਭ ਤੋਂ ਪਹਿਲਾਂ ਮੇਰੇ ਫੇਸ 'ਤੇ ਸਮਾਈਲ ਆਈ ਔਰ ਉਹ ਗੱਲ ਮੈਨੂੰ ਸਮਝ ਲੱਗ ਗਈ ਕਿ ਸਰ ਨੇ ਮੈਨੂੰ ਕੀ ਕਿਹਾ ਸੀਗਾ ਦੂਸਰੇ ਦਿਨ ਸਰ ਨੂੰ ਆ ਗਿਆ ਸਰ ਆ ਮੈਨੂੰ ਪਤਾ ਲੱਗ ਗਿਆ ਤੁਸੀਂ ਕੀ ਕਿਹਾ ਸੀ ਮੈਨੂੰ ਸਮਝ ਲੱਗ ਗਈ ਆ ਕਿ ਜਿਹੜੀ ਵੀ ਟੈਨਸ਼ਨ ਆ ਉਹ ਪਿੱਛੇ ਹੀ ਛੱਡ ਦਿਓ ਦੂਸਰੇ ਦਿਨ 'ਤੇ ਨਾਲ ਲੈ ਕੇ ਜਾਓ ਦੂਸਰੇ ਦਿਨ ਆਪਣਾ ਇੰਜੋਏ ਕਰੋ ਔਰ ਵਧੀਆ ਲੱਗਾ ਹੁਣ ਮੈਂ ਰਾਈਟਿੰਗ ਕਰਦੀ ਹਾਂ ਔਰ ਸਭ ਤੋਂ ਬੈਸਟ ਗੱਲ ਇਹ ਆ ਕਿ ਮੈਂ ਲਿਖਦੀ ਹਾਂ ਸਰ ਨੇ ਮੈਨੂੰ ਮੋਟੀਵੇਟ ਕੀਤਾ ਉਹਦੇ ਲਈ ਮੈਂ ਸਰ ਨੂੰ ਥੈਂਕਸ ਕਰਨਾ ਚਾਹੁੰਦੀ ਹਾਂ ਸਰ ਥੈਂਕਸ ਕਿ ਤੁਸੀਂ ਮੈਨੂੰ ਇਨਕਰੇਜ ਕੀਤਾ ਕਿ ਲਿਖਿਆ ਕਰ ਔਰ ਕਿੰਨੀਆਂ ਪ੍ਰੋਬਲਮਸ ਵੀ ਸੋਲਵ ਹੁੰਦੀਆਂ ਆ ਔਰ ਸੱਚੀ ਹੁੰਦੀਆਂ ਆ ਇਹ ਮੈਂ ਟਰਾਈ ਕਰ ਲਿਆ ਮੈਂ ਸਾਰਿਆਂ ਤੋਂ ਸੁਣਿਆ ਸੀ ਜਦ ਮੈਂ ਕੁਆਡਰਿਟੀ ਵਿੱਚ ਆਈ ਸੀ ਅਤੇ ਜਦ ਵੀ ਸਪੀਚ ਦਿੰਦੇ ਸੀ ਸਾਰੇ ਕਹਿੰਦੇ ਸੀ ਕਿ ਆਪਣੀਆਂ ਪ੍ਰੋਬਲਮਸ ਨੂੰ ਲਿਖਿਆ ਕਰੋ ਇੱਕ ਦਿਨ ਮੈਂ ਟਰਾਈ ਕੀਤਾ ਔਰ ਮੈਂ ਲਿਖਿਆ ਔਰ ਸੱਚੀ ਮੇਰੀ ਪ੍ਰੋਬਲਮ ਸੋਲਵ ਹੋਈ ਉਸ ਦਿਨ ਮੈਂ ਬਹੁਤ ਹੀ ਜ਼ਿਆਦਾ ਖੁਸ਼ ਸੀ ਕਿ ਹਾਂ ਇਹ ਗੱਲ ਸੱਚੀ ਹੈਗੀ ਆ ਥੈਂਕ ਯੂ ਸਰ ਔਰ ਥੈਂਕ ਯੂ ਕੁਆਡਰਿਟੀ